महाराज जी ने नमस्कार करके हम मैं समझ चलिए क्या हम बस रह गए दुपट्टा लेना ते बाकी डन। आज जी ब्लॉगिंग की ज़्यादा ड्यूटी मेरे को ही आ क्योंकि बीबी दलेर कौर खालसा जी का थोड़ा सेहत का पक्षों अज टले हाँ सब नहीं कहते क्रोधित भी हो तो थोड़ा सेहत पक्ष भी टले देख सकते हो चंगी तरह तो प्रोग्राम से जाने की पूरी तैयारी महाराज नमस्कार कर रहे हैं। डेली रूटीन साढ़ा यही है कि उठो महाराज का प्रकाश करो तो वेखा करा कोशिश पूरी करा कि सच इधर कैमरा करना कि तड़के उठो महाराज का प्रकाश करो सेवा करो बाद आपका जल पानी छको इशनान तैयार हो तैयार होके है ना तो तैयार होके फिर मम्मी का सिर खाओ तो जल पानी छको तो मम्मी फतेह बुलाओ तो जाओ। बीबी जी वाहेगुरु जी का खालसा वाहेगुरु जी की फतेह। लाओ तुम संभव अगे आप पत्रकारी दसो आ टीवी बंद कर दो बाणी खत्म हो गई गाने चल पे उठे मैं हजूरी ले मम्मी तो फिर ਤੁਸੀਂ ਹਜੂਰੀ ਤੋਂ ਬਿਨਾ ਵੀ ਤੁਹਾਡਾ ਚੱਲਦਾ ਕੋਈ ਚੱਕਰ ਨਹੀਂ ਚੱਲਦਾ ਪਰ ਉੱਥੇ ਮਹਾਰਾਜ ਜੀ ਤਾਬੇ ਜਾਣਾ ਫਿਰ ਉੱਥੇ ਨਹੀਂ ਹਾਂਜੀ ਦਸਤਾਰ ਤਾਂ ਮੇਰੇ ਕੋਲ ਸੀ ਕਿ ਸਾਡਾ ਮਤਲਬ ਕਿ ਪਰ ਦੇਖਿਓ ਆਪਣਾ ਪਲੀਜ਼ ਵਿੱਚ ਨਹੀਂ ਦਿਖਾਂਦੀ ਮਤਲਬ ਦੇਖ ਲਓ ਮੈਨੂੰ ਤਾਂ ਘੱਟ ਹੀ ਪਰ ਮੈਂ ਰੋਜ਼ ਦੇਖਦੀ ਆ 2 ਕਿਲੋ ਵਧ ਗਿਆ ਨਾ ਹੁਣ ਕਿੰਨਾ ਹੋਣਾ ਹੈ ਬਸ 2 ਕਿਲੋ ਵਧਿਆ ਹੀ ਆ ਸ਼ਰਦਾਈਆਂ ਸ਼ੱਕ ਹੋ ਰਹੀਆਂ ਦਿਖਾਇਓ ਸ਼ਰਦਾਈ ਦਿਖਾਇਓ ਚਲੋ ਚੱਲੀਏ ਗਰਮੀ ਬੜੀ ਆ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ 8 ਦਿਨ ਰਹਿ ਗਏ ਸਾਡੀ ਗੱਡੀ ਆਉਣ ਚ ਕਿ 7 ਦਿਨ ਰਹਿ ਗਏ 6 ਦਿਨ स्कूले जो पता मेरी कोई ना कोई कर लगता हुंदा जिवे बलजिंदर हुणी कोई भी कर लगता हुंदा ना मैं पगा पानी पढ़ लगा महाराज कृपा करो गड्डिया नु खंभ लग जान इथा दी तकलीफ आवे ਉੜਦੀ ਪਹੁੰਚਿਆ ਸੀ ਪ੍ਰੋਗਰਾਮ ਤੇ ਹਾਂ ਉਹ ਕੀ ਸਰ ਉੱਤੇ ਰੋਡ ਨਹੀਂ ਆ ਕਰਨਾ ਹਾਂਜੀ ਜਿਹਨਾਂ ਜੀ ਕਰਨਾ ਉਹ ਤੇ ਫਿਰਿਆ ਕਰਨੀ ਇੱਕ ਦੂਜੇ ਵਜਾ ਕਰਨਾ ਨਹੀਂ ਸਾਈਨ ਮਤਲਬ ਜਿਹਦਾ ਆਵਾਜ਼ ਹੋ ਸਕਦੀ ਆ ਉਹਦੀ ਕੋਈ ਨਾ ਕੋਈ ਤੇ ਚਲੋ ਪਹੁੰਚਦੇ ਆ ਫਿਰ ਬਾਕੀ ਦੇ ਜਿਹੜੇ ਅਗਲੇ ਕਲਿੱਪ ਹੋਣਗੇ ਉਹ ਇਹ ਲੈਣਗੇ ਇਹ ਮੇਰੀ ਗੱਲ ਸੁਣੋ ਹਾਂ ਅਸੀਂ ਸਮਾਗਮ ਤੇ ਪਹੁੰਚ ਚੁੱਕੇ ਆ ਇਧਰ ਜਵਾਕ ਨਜ਼ਾਰੇ ਲੈ ਰਹੇ ਆ प्रोग्राम ला लिया वा ते मैं बैठी सी काफी टाइम तो गड्डी च इदा ही ते मैनू कहंदे कहंदे तुहानू कुछ ज्यादा मैं क्या की आंदे अपना डेली व्लॉग चलन दिया ते तुहानू शायद घटना नहीं दसी असीं अगे जदों इधरली साइड ते आए सी ना जिद्दां बाबा श्री चंद जी का प्रोग्राम लाया तो उदन है ना इतों असी रस्ते चो लैके गए सी फ्रूट एक सीगा आलू बुखारे एक आड़ू तो होर असी की अंब लैके गए सीगे बहुत स्वाद सीगे इन्होंने बाग चो तोड़े सी लीचियां लैके गए सी पता नहीं क्यों बहुत वधिया सीगे बाग चो सीगे लियांदे नहीं तो आप नॉर्मल खांदे आ लैके वह वधिया नहीं लगते है ना तो वह बड़े डिफरेंट जे सीगे मैंगो जिदा लाल हरे तो येलो कलर के तीन रंग के सीगे वह तो बाले स्वाद निकले ਤੇ ਅੱਜ ਅਸੀਂ ਉਹ ਦੁਕਾਨ ਸਾਨੂੰ ਫੇਰ ਲੱਭੀ ਆ ਮੁੰਡਾ ਜਿਹਾ ਵਿਚਾਰਾ ਜੰਗ ਜਿਹਾ ਉਹ ਰੇੜੀ ਲਾਉਂਦਾ ਵਾ ਤੇ ਅੱਜ ਅਸੀਂ ਉੱਥੋਂ ਫਰੂਟ ਖੜਾਂਗੇ ਤੇ ਤੁਸੀਂ ਵੇਖਿਓ ਤੇ ਹੁਸ਼ਿਆਰਪੁਰ ਵਾਲੇ ਤੁਸੀਂ ਇੱਧਰੋਂ ਲੈ ਲਿਆ ਕਰੋ ਪਤਾ ਨਹੀਂ ਉਹਨਾਂ ਕਿਹੜੀ ਜਗ੍ਹਾ ਉਹ ਕਿੱਥੋਂ ਮਿਲਦੇ ਜਿੱਥੇ ਰਸੋਈ ਨਹੀਂ ਜਿੱਥੋਂ ਸਾਰੇ ਹਸਪਤਾਲਾਂ ਦੇ ਵਿੱਚ ਖਾਣਾ ਜਾਂਦਾ ਪਤਾ ਨਹੀਂ ਤੁਹਾਨੂੰ ਇਸ ਗੱਲ ਦਾ ਪਤਾ ਜਾਂ ਨਹੀਂ ਪਤਾ ਤੇ ਉਹਦੇ ਲੱਗੇ ਹੀ ਆ ਦੇਖੋ ਫਾਈਨਲੀ ਆ ਆ ਫਰੂਟ ਦੀ ਰੇੜੀ ਮੁੰਡਾ ਸ਼ਾਇਦ ਕਿਵੇਂ ਦੇ ਆ
ਤੁਸੀਂ ਕਦੋਂ ਤੋਂ ਠੇਲਾ ਲਾਉਣਾ ਸ਼ੁਰੂ ਕੀਤਾ? ਆ ਮੇਰੇ ਲਈ ਤਿਆਰ ਕਰ ਰਹੇ ਡਾਈਟ 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 ਲੋਕਾਂ ਨੇ ਬੜਿਆਂ ਨੇ ਆਉਣ ਲੱਗ ਜਾਣਾ ਬੜੇ ਵੀ ਆ ਫੜੋ ਮੇਰਾ ਰਿਐਕਸ਼ਨ ਮਿੱਠਾ ਤੇ ਨਹੀਂ ਵਿਖਾ ਦਸਤਾਰ ਤੇ ਕੀ ਲਾ ਲਿਆ ਦਾਗ ਉੱਤੇ ਬੜਾ ਲੱਗਾ ਦਾਗ ਲੱਗਾ ਕਿਸੇ ਚੀਜ਼ ਦਾ ਮਿੱਠਾ ਮਿੱਠਾ ਕਿੱਦਾਂ ਮਿੱਠਾ ਚੱਲ ਚੱਲ ਇਹ ਆਲੂ ਬੁਖਾਰੇ ਪੀ ਲੇ ਰਹੇ ਖੜੇ ਸੀ ਚੱਲ ਖਾ ਕੇ ਤੇ ਵੇਖ ਮਤਲਬ ਕਿ ਆਹ ਮੁੰਡਾ ਫਰੂਟ ਬੜਾ ਵਧੀਆ ਯਾਰ ਅੱਗੇ ਦੋ ਰਹਿ ਧੋ ਕੇ ਗਏ ਆ ਚਲੋ ਗਰਮੀ ਨਾਲ ਨਾ ਮੇਰਾ ਦਿਲ ਇੰਜ ਹੁੰਦਾ ਵਾਹਿਗੁਰੂ ਸਟੇਜ ਤੇ ਇਹਨਾਂ ਨੂੰ ਮੈਂ ਮੈਸੇਜ ਕੀਤਾ ਕਿਉਂਕਿ ਗੱਡੀ ਵੱਲ ਚੱਲ ਜਾਂਦੇ ਹੁੰਦੇ ਮੈਂ ਇਹਨਾਂ ਨੂੰ ਮੈਸੇਜ ਲਿਖਿਆ ਕੱਲਾ ਪਾਣੀ ਤੇ ਜ਼ਰੂਰੀ ਸਾਡਾ ਪ੍ਰਸ਼ਾਦਾ ਮੰਮੀ ਨੇ ਤਿਆਰ ਕਰਤਾ ਏਸੀ ਮੰਮਾ ਨੇ ਲਾਇਆ ਸੀ ਕਿਉਂਕਿ ਮੰਮਾ ਵੀ ਆਰਾਮ ਕਰਦੇ ਸੀ ਤੇ ਪਾਪਾ ਰਸਤੇ ਚ ਚਲੇ ਗਏ ਸਾਡਾ ਕੰਮ ਕਰਾਉਣ ਚਲ ਗਏ ਆ ਕਿਉਂਕਿ ਸਾਡੀ ਮੈਰਿਜ ਆ ਕੱਲ ਨੂੰ ਕੋਰਟ ਤੇ ਹਾਂ ਬਸ ਠੀਕ ਆ ਹੁਣ ਪ੍ਰਸ਼ਾਦਾ ਸ਼ੇਕਾ ਸੂਜੀ ਦਾ ਪ੍ਰਸ਼ਾਦ ਨਾਲ ਰਾਈਸ ਆ ਉਬਲੇ ਹੈ ਡੇਲੀ ਰੂਟੀਨ ਜੁਆਇਨ ਕਰੀਦਾ ਆਣ ਕੇ ਮੰਮੀ ਦਾ ਸਿਰ ਖਾਈਦਾ ਪ੍ਰਸ਼ਾਦਾ ਪਾਣੀ ਮਿਲ ਜਾਂਦਾ ਛੱਕ ਕੇ ਆਉਂਦਾ ਆਰਾਮ ਨਹੀਂ ਲੱਗਦਾ ਬਾਈ ਇਹ ਲਾਏ ਆ ਇਹਨਾਂ ਨੂੰ ਹੁਣ ਪਾਣੀ ਵੀ ਪਾਉਣਾ ਪੈਂਦਾ ਵਾ ਗਰਮੀ ਬੜੀ ਆ ਕਿਤੇ ਸੁੱਕ ਨਾ ਜਾਣ ਦੇਰ ਕਰ ਦੂਜੇ ਬੂਟੇ ਨੂੰ ਪਾਉਂਦੀ ਤਾਂ ਮੈਂ ਚਲੋ ਇੱਧਰ ਪਾ ਲਈ ਇਹ ਵੀ ਡੇਲੀ ਰੂਟੀਨ ਦੇ ਵਿੱਚ ਆ ਜਾਂਦਾ ਅੰਤਰ ਜਾਮੀ ਪੁਰਖ ਵਿਦਾਤੇ ਸਰਦਾ ਮਨ ਕੀ ਪੂਰੇ ਨਾਨਕ ਦਾਸ ਇਹ ਸੁਖ ਮੰਗੈ ਹੁਕਮ ਕਰ ਸੰਤਨ ਕੀ ਦੂਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ 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 ਜੀ ਵਾਹਿਗੁਰੂ 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 ਜੀ ਠੀਕ ਹੈ ਜੀ ਅੱਜ ਦੀ ਵਲੋਗ ਦੀ ਇੱਥੇ ਸਮਾਪਤੀ ਕਰਦੇ ਹਾਂ ਇਹ ਡੇਲੀ ਰੂਟੀਨ 'ਚ ਜਿੰਨਾ ਮਤਲਬ ਕਿ ਸਾਰੀਆਂ ਚੀਜ਼ਾਂ ਹੀ ਨਹੀਂ ਵਿਖਾ ਸਕਦੇ ਕਿਉਂਕਿ ਪਰਿਵਾਰ ਦੀਆਂ ਕਈ ਪ੍ਰਾਈਵੇਸੀ ਹੁੰਦੀਆਂ ਕਈ ਵਿੱਚ ਗੱਲਾਂ ਨਹੀਂ ਬੋਲ ਸਕਦੇ ਜਿਸ ਤਰ੍ਹਾਂ ਮਾਤਾ ਪਿਤਾ ਕੋਲ ਬੈਠੇ ਸ਼ਾਮਾਂ ਨੂੰ ਮਤਲਬ ਕਿ ਅਸੀਂ ਪਰਿਵਾਰ ਗੱਲ ਕਰਦਾ ਉਹ ਨਹੀਂ ਚੀਜ਼ਾਂ ਵਿਖਾ ਸਕਦੇ ਸੋ ਜਿੰਨਾ ਮਤਲਬ ਕਿ ਅਸੀਂ ਵਿਖਾ ਸਕਦੇ ਹਾਂ ਕਿ ਕਿਹਦੇ 'ਚ ਕਰਦੇ ਪ੍ਰੋਗਰਾਮ 'ਤੇ ਆਉਂਦੇ ਜਾਂਦੇ ਹਾਂ ਕਿ ਕਿਸ ਤਰ੍ਹਾਂ ਪਰਿਵਾਰ 'ਚ ਵਿਚਰਦੇ ਹਾਂ ਜਾਂ ਫਿਰ ਕਿੱਦਾਂ ਕਿੱਥੇ ਆਉਂਦੇ ਜਾਂਦੇ ਸ਼ਾਮਾਂ ਨੂੰ ਕੀ ਕਰਦੇ ਮਹਾਰਾਜ ਸੇਵਾ ਕਰਦੇ ਜਾਂ ਮਤਲਬ ਦੇ ਦਰਸ਼ਨ ਕਰਦੇ ਸਾਰਾ ਦੱਸਿਆ ਚਲੋ ਅੱਗੇ ਹੁਣ ਵਲੋਗ ਹੋਣਗੇ ਨਵੇਂ ਤੋਂ ਨਵੇਂ ਅਤੇ ਸਾਰੇ ਕੱਲ੍ਹ ਦਾ ਵਲੋਗ ਥੋੜ੍ਹਾ ਖਾਸ ਹੋਊਗਾ ਸਾਰੇ ਵਲੋਗ ਵੇਖਿਓ ਲਾਈਕ ਕਮੈਂਟ ਅਤੇ ਸ਼ੇਅਰ ਕੱਲ੍ਹ ਦੇ ਵਲੋਗ 'ਚ ਤੁਹਾਨੂੰ ਸਾਡੇ ਨਵੇਂ ਵਸਤਰ ਪਾਏ ਮਿਲਣਗੇ